ਹਾਂਜੀ ਸਤਿ ਸ੍ਰੀ ਅਕਾਲ ਆ ਦੇਖੋ ਆਪਾਂ ਰੈਤਾ ਬਣਾਉਂਦੇ ਬੂੰਦੀ ਦਾ ਸਰਦਾਰ ਜੀ ਕਹਿੰਦੇ ਮੈਂ ਬੂੰਦੀ ਦਾ ਰੈਤਾ ਖਾਣਾ ਤੇ ਮੈਂ ਖਾ ਚਲੋ ਮੈਂ ਬਣਾ ਦੰਨੀ ਐ ਤੇ ਤਾਂ ਕੋਈ ਖਾਸ ਟਾਈਮ ਨਹੀਂ ਲੱਗਦਾ ਦੇਖੋ ਆਪਾਂ ਹੁਣ ਲਾਤਾ ਇਹਨੂੰ ਤੜਕਾ ਤੇ ਜੀਰੇ ਦਾ ਤੇ ਬੂੰਦੀ ਪਾਈ ਆ ਵਿੱਚ ਨਮਕ ਮਿਰਚ ਪਾਇਆ ਜੀਰੇ ਦਾ ਤੜਕਾ ਲਾਇਆ ਮਾੜੀ ਜੀ ਹਲਦੀ ਪਾਈ ਆ ਵਿੱਚ ਇਹ ਤਾਂ ਸਰਦਾਰ ਜੀ ਵਾਸਤੇ ਰੈਤਾ ਤਿਆਰ ਹੋ ਗਿਆ ਤੇ ਆਪਾਂ ਹੁਣ ਆਪਣੇ ਵਾਸਤੇ ਵੀ ਕਰਨਾ ਹੈਗਾ ਤੇ ਹੁਣ ਤੁਹਾਨੂੰ ਮੈਂ ਦਿਖਾਵਾਂ ਜਿਹੜਾ ਲਾਲ ਜਹਾ ਹੁੰਦਾ ਨਾ ਚਕੰਦਰ ਇਹ ਮੈਂ ਉਹਦਾ ਰੇਤਾ ਬਣਾਇਆ ਸਰਦਾਰ ਜੀ ਮੈਨੂੰ ਕਹਿੰਦੇ ਤੂੰ ਹੀ ਖਾ ਲੈ ਜਿਹੜਾ ਲਾਲ ਗੁਲਾਬੀ ਜਹਾ ਮੈਨੂੰ ਨਹੀਂ ਮੈਂ ਨਹੀਂ ਖਾਣਾ ਹੈਗਾ ਇਹ ਬੁੜੀਆਂ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਆ ਦਹੀਂ ਪਾ ਲਈ ਆਪਾਂ ਆ ਚਕੰਦਰ ਆਪਾਂ ਇਹਨੂੰ ਪਹਿਲਾਂ ਉਬਾਲਿਆ ਹੈ ਤੇ ਫਿਰ ਇਹਨੂੰ ਕੱਦੂ ਕਸ ਕੀਤਾ ਉਹ ਮੈਂ ਉਬਾਲਦੇ ਦੇ ਭੁੱਲ ਗਈ ਵੀਡੀਓ ਬਣਾਉਣੀ ਜ਼ਿਆਦਾ ਨਹੀਂ ਤੇ ਬਾਅਦ ਚ ਜ਼ਿਆਦਾ ਚੱਲੇ ਦੀ ਵੀ ਵੀਡੀਓ ਬਣਾਈ ਦੇਵਾਂ ਹਨਾ ਭੁੱਲ ਜਾਨੀ ਆਕ ਤਾਂ ਛੇਤੀ ਕਰ ਲੈਣ ਨੂੰ ਤੇ ਆ ਕੱਦੂ ਕਸ ਕਰਕੇ ਰੱਖਿਆ ਪਿਆ ਦਹੀਂ ਪਾ ਲਈ ਆਪਾਂ ਆ ਵਿੱਚ ਹੁਣ ਇਹਦੇ ਵਿੱਚ ਆਪਾਂ ਚਕੰਦਰ ਪਾ ਲਿਆ ਆਹ ਜਿਹੜਾ ਕੱਦੂ ਕਸ ਰੱਖਿਆ ਕਰਕੇ ਰੱਖਿਆ ਹੋਇਆ ਸੀ ਇਹਨੂੰ ਉਬਾਲਣਾ ਪੈਂਦਾ ਥੋੜਾ ਜਿਹਾ ਬਾਅਦ ਚ ਇਹਨੂੰ ਕੱਦੂ ਕਸ ਕਰ ਲੈ ਤੇ ਵਧੀਆ ਬਣ ਜਾਂਦਾ ਮੈਂ ਸਰਦਾਰ ਜੀ ਨੂੰ ਕਿਹਾ ਵੀ ਤੁਸੀਂ ਵੀ ਆਹ ਖਾਓ ਕਹਿੰਦੇ ਇਹ ਇਹ ਬੁੜੀਆਂ ਨੂੰ ਬੜੀ ਜ਼ਰੂਰਤ ਹੁੰਦੀ ਹੈ ਲਾਲ ਗੁਲਾਬੀ ਦੀ ਆ ਦੇਖੋ ਮਾੜਾ ਜਿਹਾ ਵਿੱਚ ਆਪਾਂ ਪਾਤਾ ਹੁਣ ਇਹਦੇ ਵਿੱਚ ਕਾਲੀਆਂ ਮਿਰਚਾਂ ਦਾ ਚੂਰਨ ਤੇ ਮਾੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਸਵਾਦ ਅਨਸਾਰ ਟੇਸਟੀ ਬਹੁਤ ਲੱਗਦਾ ਕਦੇ ਤੁਸੀਂ ਬਣਾ ਕੇ ਖਾ ਕੇ ਦੇਖਿਓ ਆ ਦੇਖੋ ਬਣ ਗਿਆ ਨਾ ਹੁਣੇ ਦੇਖੋ ਤਾਂ ਕਲਰ ਹੀ ਵਾਹਲਾ ਸੋਹਣਾ ਬਣ ਜਾਂਦਾ ਹੈਗਾ ਇੱਕ ਤਾਂ ਕਲਰ ਦੇਖ ਕੇ ਦੇਖ ਕੇ ਮੈਂ ਤਾਂ ਖਾਈ ਜਾਨੀ ਆ ਵੀ ਇਹ ਲਾਲ ਜਿਹਾ ਹੈਗਾ ਸੋਹਣਾ ਲੱਗਦਾ ਗੁਲਾਬੀ ਗੁਲਾਬੀ ਜਿਹਾ ਹਨਾ ਤੇ ਵੀ ਕੀ ਪਤਾ ਆਪਾਂ ਵੀ ਐਂ ਬਣ ਜੀ ਗਏ ਹਨਾ ਐ ਮਨ ਜੇ ਸੀ ਤਾਂ ਹੁੰਦਾ ਹੀ ਇਹ ਸ਼ੌਂਕ ਜਾਂ ਜਾਗਦਾ ਹੀ ਹੈ ਤੇ ਪਰ ਹੁੰਦਾ ਇਹਦੇ ਨਾਲ ਖੂਨ ਖਾਨ ਵਾਧਾ ਨਾਲੇ ਤਾਂ ਨਾਲੇ ਤਾਕਤ ਕਰਦਾ ਹੈਗਾ ਇਹ ਸਾਡਾ ਰਾਇਤਾ ਤਾਂ ਦੋਨਾਂ ਜੀਆਂ ਦਾ ਅੱਡ-ਅੱਡ ਬਣ ਗਿਆ ਤੇ ਨਾਲ ਬਣਾਈ ਹੈਗੀ ਐ ਸਬਜੀ ਕੱਦੂ ਦੀ ਤੇ ਆਹ ਰੈਤਾ ਪਾ ਲਿਆ ਮੈਂ ਅਲੱਗ ਤੋਂ ਰੈਤਾ ਬਣਾ ਲਿਆ ਸਰਦਾਰ ਜੀ ਦਾ ਅਲੱਗ ਤੋਂ ਬਣਾਤਾ ਮੱਖਚਲ ਨਹੀਂ ਖਾਣਾ ਤਾਂ ਤੁਸੀਂ ਨਾ ਖਾਓ ਫਿਰ ਮੈਂ ਤੁਹਾਡੀ ਖਾਤਰ ਬੂੰਦੀ ਦਾ ਬਣਾ ਦਨੀ ਐ ਮੈਂ ਆਹ ਬਣਾ ਲੈਨੀ ਐ ਤੇ ਸਵਾਦ ਬਹੁਤ ਹੁੰਦਾ ਜੀ ਤੁਸੀਂ ਵੀ ਕਦੇ ਟਰਾਈ ਕਰਕੇ ਦੇਖਿਓ ਇਹਨੂੰ ਤੇ ਮੈਨੂੰ ਤਾਂ ਵਧੀਆ ਲੱਗਦਾ ਹੁਣ ਤੁਹਾਨੂੰ ਭਾਈ ਪਤਾ ਨਹੀਂ ਕਿਵੇਂ ਵਧੀਆ ਲੱਗੂ ਕਿਵੇਂ ਆਜੋ ਨਾਲੇ ਇੱਕ ਚੀਜ਼ ਤੁਹਾਨੂੰ ਮੈਂ ਹੁਣ ਹੋਰ ਦਿਖਾਉਣੀ ਐ ਆਹ ਦੇਖੋ ਮੈਂ ਖਿਚੜੀ ਬਣਾਉਣੀ ਐ ਜੀ ਚੌਲਾਂ ਮੂੰਗੀ ਦੀ ਕਲ ਮਹਾ ਹਲਕਾ ਫੁਲਕਾ ਭੋਜਨ ਖਾਣਾ ਚਾਹੀਦਾ ਹਨ ਇਹਦੇ ਵਿੱਚ ਟਮਾਟਰ ਪਾ ਲਿਆ ਆਪਾਂ ਚ ਮਿਰਚ ਪਾ ਲਈ ਮਟਰ ਪਾ ਲੇ ਪਿਆਜ਼ ਪਾ ਲੇ ਆ ਦੇਖੋ ਹੁਣ ਪਾਤਾ ਆਪਾਂ ਘਿਓ ਇਹਦੇ ਵਿੱਚ ਤੇ ਇਹਨੂੰ ਲਾ ਦਿਓ ਤੜਕਾ ਇਹ ਹੁਣ ਆ ਦੇਖੋ ਖਿਚੜੀ ਬਣਦੀ ਸਵਾਦ ਆ ਇਹ ਲਟਰ ਪਟਰ ਜਿਹਾ ਇਕੱਠਾ ਕਰਕੇ ਪਾ ਲਿਆ ਕਰੋ ਜਿੰਨਾ ਕੋਈ ਸਮਾਨ ਤੁਹਾਡੇ ਕੋਲੇ ਹੁੰਦਾ ਖਿਚੜੀ ਤਾਂ ਖਿਚੜੀ ਹੋਈ ਜਿਹੜੀ ਜੀ ਤੇ ਨਾ ਹੀ ਖਿਚੜੀ ਹੋਇਆ ਉਹਦੇ ਚ ਕੋਸ਼ਿਸ਼ ਇੱਟੀ ਚੱਲਿਆ ਕਰੋ ਤੁਸੀਂ ਤੇ ਆ ਦੇਖੋ ਹੁਣ ਇਹਦੇ ਚ ਪਾ ਕੇ ਆਪਾਂ ਹਾਂ ਚੌਲਾ ਮੂੰਗੀ ਦਾ ਸਿਸਟਮ ਜਣਾ ਜੋ ਵੀ ਨਮਕ ਹਲਦੀ ਮਿਰਚ ਜ ਆ ਪਾ ਕੇ ਜੋ ਪਾਉਣਾ ਹੈ ਤੇ ਇਹਨੂੰ ਪਾ ਕੇ ਆਪਾਂ ਦੇਖੋ ਥੋੜਾ ਥੋੜਾ ਮੈਂ ਤਾਂ ਪਾ ਲੈਣੀ ਹੁੰਨੀ ਹੈ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਇਆ ਕਰੋ ਖਿਚੜੀ ਬਣਦੀ ਸਵਾਦ ਹੈ ਤੇ ਹਲਕਾ ਭੋਜਨ ਖਾਣਾ ਚਾਹੀਦਾ ਹੈ ਸਰਦਾਰ ਜੀ ਤਾਂ ਮੈਨੂੰ ਕਹਿ ਦਿੰਦੇ ਇੰਨਾ ਸਮਾਨ ਪਾ ਲੈਣੀ ਹਜੇ ਤੂੰ ਹਲਕਾ ਹੀ ਦੱਸੀ ਜੰਨੀ ਐ ਇਹਨੂੰ ਕਹਿੰਦੇ ਕਿਹੜੇ ਪਾਸੇ ਹਲਕਾ ਮੈਨੂੰ ਉਹ ਦੱਸਦੇ ਮੈਂ ਕਹਿੰਦਾ ਨਹੀਂ ਜੀ ਇਹ ਖਿਚੜੀ ਹੁੰਦੀ ਐ ਖਿਚੜੀ ਨੂੰ ਹਲਕੀ ਚੀਜ਼ ਹੀ ਕਿਹਾ ਜਾਂਦਾ ਹੁੰਦਾ ਆ ਦੇਖੋ ਆ ਹੁਣ ਪਾ ਤਾ ਨਾ ਆਪਾਂ ਤੇ ਇਹਨੂੰ ਹੁਣ ਪਾਣੀ ਪਾ ਦਿਓ ਬਸ ਤੇ ਇਹਨੂੰ ਟੱਕ ਦਿਓ ਟੱਕ ਕੇ ਤੇ ਇਹ ਬਣ ਜੂ ਖਿਚੜੀ ਸਰਦਾਰ ਜੀ ਵਾਸਤੇ ਬਣਾਈ ਆ ਫੁਲਕੇ ਤੇ ਆਪਦੇ ਵਾਸਤੇ ਬਣਾਈ ਆ ਖਿਚੜੀ ਮੈਂ ਕਹਾਂ ਨਹੀਂ ਮੈਂ ਬਾਲੀ ਹੈਵੀ ਚੀਜ਼ ਨਹੀਂ ਖਾਣੀ ਹੈਗੀ ਤੇ ਆਹ ਦੇਖੋ ਬਣ ਗਈ ਨਾ ਵੀਰਵਾਲ ਦੀ ਖਿਚੜੀ ਇਹ ਤੇ ਇਹਨੂੰ ਹੁਣ ਆਪਾਂ ਸਵਾਦ ਨਾਲ ਖਾਵਾਂਗੇ ਇਹ ਹੈ ਜੀ ਵੀਰਵਾਲ ਦੀ ਖਿਚੜੀ ਠੀਕ ਹੈ ਜੀ